अमेरिका ਦੇ ਵਿੱਚ ਮੰਗਲਵਾਰ ਯਾਨੀ ਅੱਜ 5 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣਗੀਆਂ ਜੀ ਹਾਂ ਜਿਸ ਦੇ ਵਿੱਚ ਡੋਨਲਡ ਟਰੰਪ ਅਤੇ ਕਮਲਾ ਹੈਰਿਸ ਦੋ ਜੋ ਕਿ ਅਮਰੀਕਾ ਦੀ ਪ੍ਰਮੁੱਖ ਪਾਰਟੀਆਂ ਨੇ ਰਿਪਬਲਿਕ ਅਤੇ ਡੈਮੋਕ੍ਰੇਟਿਕ ਪਾਰਟੀਆਂ ਨੇ ਜਿਨ੍ਹਾਂ ਉਹਨਾਂ ਦੋਨਾਂ ਦੇ ਵਿੱਚ ਅੱਜ ਕਾਫੀ ਜ਼ਿਆਦਾ ਫਸਵਾ ਮੁਕਾਬਲਾ ਹੋ ਸਕਦਾ ਹੈ ਜੀ ਹਾਂ ਮਾਮਲੇ ਦੀ ਪੂਰੀ ਜਾਣਕਾਰੀ ਦੱਸਦੇ ਕਿ ਅੱਜ ਜੋ ਕਿ ਵੋਟਿੰਗ ਦਾ ਸਮਾਂ ਹੈ ਉਸ ਵੇਲੇ 7 ਵਜੇ ਤੋਂ 9 ਵਜੇ ਤੱਕ ਰਹੇਗਾ ਜੀ ਹਾਂ ਅਮਰੀਕਾ ਦੀ ਟਾਈਮਿੰਗ ਹੈ ਜਿਸ ਦੇ ਅਨੁਸਾਰ ਭਾਰਤ ਦੇ ਵਿੱਚ ਜੋ ਟਾਈਮਿੰਗ ਹੈ ਸ਼ਾਮੀ 4:30 ਵਜੇ ਤੋਂ ਲੈ ਕੇ 9:30 ਹੋ ਸਕਦੀ ਹੈ ਅੱਜ ਚੁਣ ਲਿੱਤਾ ਜਾਵੇਗਾ ਕਿ ਅਮਰੀਕਾ ਦੇ ਵਿੱਚ ਇਸ ਵਾਰ ਕਿਸ ਦੀ ਸਰਕਾਰ ਆਏਗੀ। ਇਹ ਸਭ ਦੇ ਵਿਚਕਾਰ ਸਵਾਲ ਇਹ ਉੱਠਦਾ ਹੈ ਕਿ ਅਮਰੀਕਾ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਕੀ ਹੋਵੇਗੀ। ਜੀ ਹਾਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਹੁੰਦੀ ਹੈ ਪਰ ਹਮੇਸ਼ਾ ਜੋ ਨਵੇਂ ਰਾਸ਼ਟਰਪਤੀ ਦਾ ਅਧਿਕਾਰ ਐਲਾਨ ਜੋ ਹੁੰਦਾ ਹੈ ਉਹ ਜਨਵਰੀ ਦੇ ਵਿੱਚ ਕੀਤਾ ਜਾਂਦਾ ਹੈ। ਜੀ ਹਾਂ ਅੱਜ ਜੋ ਕਿ ਹੈ ਵੋਟਿੰਗ ਕੀਤੀ ਜਾਵੇਗੀ। ਵੋਟਿੰਗ ਲਈ ਆਖਰੀ ਸਮੇਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਵੋਟਿੰਗ ਕੇਂਦਰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਚੱਲਦੇ ਹਨ। ਜੀ ਹਾਂ ਯਾਨੀ ਅਮਰੀਕਾ ਦੇ ਵਿੱਚ ਵੋਟਿੰਗ ਖਤਮ ਹੋਣ ਤੱਕ ਭਾਰਤ ਦਾ ਅਗਲਾ ਦਿਨ ਸ਼ੁਰੂ ਹੋ ਜਾਵੇਗਾ। ਮਤਲਬ ਅਮਰੀਕਾ 'ਚ ਵੋਟਿੰਗ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 4:30 ਵਜੇ ਤੱਕ ਖਤਮ ਹੋ ਸਕਦੀ ਹੈ। ਇਹ ਰਾਜ ਦੇ ਵਿੱਚ ਇਹ ਸਮਾਂ ਜ਼ਿਆਦਾ ਹੋ ਸਕਦਾ ਹੈ। ਕਈ ਰਾਜਾਂ ਦੇ ਵਿੱਚ ਜੋ ਹੈ ਕਾਫੀ ਦੇਰ ਤੱਕ ਵੀ ਵੋਟਿੰਗ ਹੋ ਸਕਦੀ ਹੈ ਕਿਉਂਕਿ ਅਮਰੀਕਾ ਦੇ ਰਾਜ ਕਈ ਵੱਖ-ਵੱਖ ਸਮਾਂ ਖੇਤਰਾਂ ਦੇ ਵਿੱਚ ਵੰਡੇ ਹੋਏ ਨੇ। ਇਸ ਤੋਂ ਇਲਾਵਾ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਲਈ ਜੋ ਕਿ ਇਲੈਕਟ੍ਰੋਲ ਕਾਲਜ ਨੇ, ਜੀ ਹਾਂ ਉੱਥੇ ਦੇ ਇਲੈਕਟ੍ਰੋਰਲ ਕਾਲਜ ਦੇ ਭੂਮਿਕਾ ਨੇ ਕਾਫੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਇਲੈਕਟ੍ਰੋਰਲ ਕਾਲਜ ਅਮਰੀਕਾ ਦੇ ਹਰ ਇੱਕ ਰਾਜ ਦੇ ਲਈ ਚੁਣੇ ਗਏ ਵੋਟਰਾਂ ਦੀ ਗਿਣਤੀ ਕਰਦੀ ਹੈ। ਜੀ ਹਾਂ ਚੋਣ ਜਿੱਤਣ ਲਈ ਕਿਸੇ ਵੀ ਉਮੀਦਵਾਰ ਨੂੰ 538 ਵਿੱਚੋਂ 270 ਇਲੈਕਟ੍ਰੋਰਲ ਕਾਲਜ ਜਿੱਤਣਗੇ। ਜੀ ਹਾਂ ਹਰੇਕ ਰਾਜ ਦੇ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਅਤੇ ਅਮਰੀਕੀ ਸੈਨੇਟ ਦੇ ਵਿੱਚ ਪ੍ਰਤੀਨਿਧੀਆਂ ਜੋ ਹੁਣੇ ਸੰਖਿਆ ਦੇ ਅਨੁਸਾਰ ਵੋਟਿੰਗ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਸਮੇਂ ਕੈਲੀਫੋਰਨੀਆ ਰਾਜ ਦੇ ਵਿੱਚ ਵੋਟਰਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ, ਜੀ ਹਾਂ ਜਿਸ ਤੇ 55 ਹੈ, ਜਦਕਿ ਸਭ ਤੋਂ ਘੱਟ ਵੋਟਰਾਂ ਦੀ ਗਿਣਤੀ 3 ਹੈ, ਜਦੋਂ ਕਿ ਵਿਓਮਿੰਗ ਸਮੇਤ ਅਮਰੀਕਾ ਦੇ 6 ਰਾਜ ਵਿੱਚ ਹਨ। ਜੀ ਹਾਂ ਹਾਲਾਂਕਿ 7 ਸਵਿੰਗ ਰਾਜ ਸਭ ਤੋਂ ਵੱਧ ਮਹੱਤਤਾ ਰੱਖਦੇ ਹਨ ਕਿਉਂਕਿ ਜ਼ਿਆਦਾਤਰ ਰਾਜ ਦੇ ਉਲਟ ਨਾ ਉੱਤੇ ਜੋ ਸਟੈਂਡ ਹੈ ਪਹਿਲਾਂ ਤੋਂ ਸਪਸ਼ਟ ਨਹੀਂ ਹੁੰਦੇ ਅਤੇ ਇੰਨੇ ਜੋ ਵੀ ਕਾਰਨ ਨੇ ਇਸ ਦੇ ਇਹਨਾਂ ਵਿੱਚੋਂ ਜੋ ਸਵਿੰਗ ਰਾਜ ਹੈ ਉਸ ਦੀ ਪ੍ਰਮੁੱਖ ਲੜਾਈ ਦੇ ਖੇਤਰ ਮੰਨਿਆ ਜਾਂਦਾ। ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਖਤਮ ਹੁੰਦਿਆਂ ਹੀ ਵੋਟਾਂ ਦੀ ਜੋ ਗਿਣਤੀ ਹੈ ਉਸ ਨੂੰ ਨਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਗਿਣਤੀ ਪੂਰੀ ਹੋਣ ਤੋਂ ਬਾਅਦ ਲੋਕਪ੍ਰਿਯ ਵੋਟ ਦੇ ਜੋ ਜੇਤੂ ਹਨ ਉਹਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪਰ ਹਰ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਭ ਤੋਂ ਵੱਧ ਲੋਕਪ੍ਰਿਯ ਵੋਟਾਂ ਪ੍ਰਾਪਤ ਕਰਨ ਵਾਲਾ ਹੀ ਉਮੀਦਵਾਰ ਅਸਲ ਦੇ ਵਿੱਚ ਪ੍ਰਧਾਨਗੀ ਦਾ ਜੇਤੂ ਬਣੇ ਕਿਉਂਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਸਲ ਦੇ ਵਿੱਚ ਪ੍ਰਸਿੱਧ ਵੋਟਾਂ ਦੁਆਰਾ ਹੀ ਬਲਕਿ ਇਲੈਕਟੋਰਲ ਕਾਲਜ ਦੁਆਰਾ ਚੁਣਿਆ ਜਾਂਦਾ ਹੈ। ਜੀ ਹਾਂ ਇਸ ਤੋਂ ਇਲਾਵਾ ਦੱਸਦੇ ਕਿ ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਇੱਕ ਰਾਜ ਵਿੱਚ ਅਨੁਮਾਨਿਤ ਜੇਤੂ ਐਲਾਨਿਆ ਜਾ ਸਕੇ। ਇਸ ਤੋਂ ਇਲਾਵਾ ਦੱਸਦੇ ਕਿ ਕਈ ਵਾਰ ਸਹੀ ਨਤੀਜੇ ਪ੍ਰਾਪਤ ਕਰਨ ਦੇ ਲਈ 1 ਜਾਂ 2 ਦਿਨ ਵੀ ਲੱਗ ਜਾਂਦੇ ਹਨ। ਦਸੰਬਰ ਦੇ ਵਿੱਚ ਜੋ ਵੋਟਰਾਂ ਦੀ ਵੋਟਿੰਗ ਹੈ ਉਸ ਤੋਂ ਬਾਅਦ ਸਾਰੇ ਚੋਣ ਸਰਟੀਫਿਕੇਟ 25 ਦਸੰਬਰ ਤੱਕ ਸੈਨੇਟ ਨੂੰ ਪ੍ਰਦਾਨ ਕਰ ਦਿੱਤੇ ਜਾਂਦੇ ਨੇ। ਇਸ ਤੋਂ ਬਾਅਦ 6 ਜਨਵਰੀ 2025 ਨੂੰ ਕਾਂਗਰਸ ਦੇ ਸਾਂਝੇ ਇਲਜ਼ਾਮ ਦੇ ਵਿੱਚ ਵੋਟਰਾਂ ਦੀ ਜੋ ਗਿਣਤੀ ਹੈ ਉਸਦੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਜੇਤੂ ਦਾ ਨਾਮ ਐਲਾਨ ਕਰ ਦਿੱਤਾ ਜਾਂਦਾ। ਇੱਕ ਵਾਰੀ ਫੇਰ ਦੱਸਦੇ ਅੱਜ ਯਾਨੀ ਮੰਗਲਵਾਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ਹੋਏਗੀ ਜਿਸ ਤੋਂ ਬਾਅਦ ਜੋ ਕਿ ਉੱਥੇ ਦੇ ਜੋ ਰਾਸ਼ਟਰਪਤੀ ਨੇ ਉਹਨਾਂ ਨੂੰ ਚੁਣ ਲਿੱਤਾ ਜਾਵੇਗਾ। ਜੋ ਵੀ ਲੋਕਾਂ ਦੇ ਲੋਕਪ੍ਰਿਯ ਹੋਣਗੇ ਉਹਨਾਂ ਨੂੰ ਇਸ ਵਾਰੀ ਰਾਸ਼ਟਰਪਤੀ ਘੋਸ਼ਿਤ ਕੀਤਾ ਜਾਵੇਗਾ ਅਤੇ ਜਨਵਰੀ ਦੇ ਵਿੱਚ ਰਾਸ਼ਟਰਪਤੀ ਦੀ ਸਹੁੰ ਚੁਕਵਾ ਦਿੱਤੀ ਜਾਵੇਗੀ।